ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਤਪਾਲ ਸਿੰਘ ਘੁੱਦਾ ਅਤੇ ਅਸੀਂ ਅੱਜ ਬੈਠੇ ਹਾਂ ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਤਾ ਅਤੇ ਗੱਲਬਾਤ ਕਰਾਂਗੇ ਵੱਡੇ ਬਾਈ ਜਗਦੇਵ ਸਿੰਘ ਹੋਣਾ ਨਾਲ। ਜਗਦੇਵ ਸਿੰਘ ਮਹਿਤਾ ਕਹਿੰਦੇ ਕਿ ਦੋ ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ, ਜਿਹੜੇ ਵਾਜੇ ਵੱਜ ਕੇ ਮੁੜ ਕੇ ਵੱਜਣੇ ਨਹੀਂ। ਬਾਈ ਜਗਦੇਵ ਦੋ ਮੰਜੇ ਜੋੜ ਕੇ ਸਪੀਕਰ ਵੀ ਲਾਉਂਦਾ ਅਤੇ ਉਹ ਵਾਜੇ ਵੀ ਵਜਾਉਂਦਾ ਹੈ। ਸ਼ੌਂਕ ਸਾਰਿਆਂ ਦੇ ਹੁੰਦੇ ਨੇ, ਕਈਆਂ ਦੇ ਸ਼ੌਂਕ ਨਾਲ ਪੂਰੇ ਹੋ ਜਾਂਦੇ ਆ ਅਤੇ ਕਈ ਕਬੀਲਦਾਰੀਆਂ ਨਾਲ ਜਾਂ ਤੰਗੀਆਂ ਤਰੁਸ਼ੀਆਂ ਨਾਲ ਲੜਦੇ ਘੁਲਦੇ ਸ਼ੌਂਕ ਪੂਰੇ ਕਰਦੇ ਨੇ। ਸੋ ਬਾਈ ਜਗਦੇਵ ਨੂੰ ਇਹ ਵੱਡਾ ਸ਼ੌਂਕ ਹੈ। ਇਹਨਾਂ ਕੋਲ ਬਹੁਤ ਸਾਰੇ ਪੁਰਾਣੇ 100 ਸਾਲ 150 ਸਾਲ ਪੁਰਾਣੇ ਸਾਰਾ ਸਮਾਨ ਪਿਆ, ਬਹੁਤ ਸਾਰੇ ਪੁਰਾਣੇ ਤਵੇ ਪਏ ਆ, ਮਾਈਕ ਰੇਡੀਓ ਜਾਂ ਹੋਰ ਸਾਰਾ ਸਮਾਨ ਪਿਆ। ਉਹ ਸਾਰਾ ਸਮਾਨ ਦਿਖਾਵਾਂਗੇ, ਨਾਲੇ ਬਾਈ ਜਗਦੇਵ ਹੋਣਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਬਾਈ ਜਗਦੇਵ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਕੀ ਸਮਾਨ ਪਿਆ ਆਪਣੇ ਕੋਲ? ਮੇਰੇ ਕੋਲ ਜੀ ਸੰਗੀਤ, ਜੇ ਆਪਾਂ ਗੱਲ ਕਰੀਏ 1947 ਤੋਂ ਪਹਿਲਾਂ ਦੇਸ਼ ਦੀ ਆਜ਼ਾਦੀ ਵੇਲੇ ਦਾ ਜੀ, ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਇੱਕ ਹੁੰਦਾ ਸੀ ਜੀ, ਵੀ ਮੇਰੇ ਕੋਲ ਗਿਣਤੀ ਨਹੀਂ ਕੋਈ ਉਹਨੇ ਰਿਕਾਰਡਾਂ ਦੀ, ਵੀ ਰਿਕਾਰਡ ਇੰਨੇ ਪਏ ਆ ਜੀ। ਜਿਵੇਂ ਕਿ ਆਪਣੇ ਸ਼ੇਰੂ ਕਾਲੇਕਿਆਂ ਵਾਲਾ ਬੜਾ ਮਸ਼ਹੂਰ ਹੁੰਦਾ ਸੀ ਜੀ, ਫਜ਼ਲ ਟੁੰਡਾ ਬੜਾ ਮਸ਼ਹੂਰ ਹੁੰਦਾ ਸੀ ਜੀ, ਅਮਰ ਸਿੰਘ ਸ਼ੌਂਕੀ ਬੜਾ ਮਸ਼ਹੂਰ ਹੁੰਦਾ ਸੀ, ਢਾਡੀ ਦਦਾਰ ਸਿੰਘ ਗੋਲਾ ਗਵਈਆ, ਮਤਲਬ ਸੁਣਦਾ ਉੱਚਾ ਸੀ, ਉਹ ਬੜਾ ਸੋਹਣਾ ਗਾਉਂਦਾ ਹੁੰਦਾ ਸੀ। ਜਦੋਂ ਕਲੀ ਲਾਉਂਦਾ ਨਾ ਤੇ ਬੀਕਾਨੇਰ ਦੇ, ਬੀਕਾਨੇਰ ਇੱਥੇ ਫਰੀਦਕੋਟ ਜੀ, ਫਰੀਦਕੋਟ ਖਾੜਾ ਲੱਗਿਆ ਦਰਦਾਰ ਸਿੰਘ ਦਾ, ਬਿਲਕੁਲ ਉਹ ਤੇ ਗਵਈਏ ਹੁੰਦੇ ਸੀ ਤੇ ਢੱਡ ਸਰੰਗੀ ਦੇ ਗਾਉਂਦੇ ਇਹ, ਤੇ ਜਦੋਂ ਹੀਰ ਦੀ ਕਲੀ ਲਾਈ ਫਿਰ ਉਹਨਾਂ ਨੇ ਤੇ ਰਾਜੇ ਨੇ ਫਰੀਦਕੋਟ ਵਾਲੇ ਨੇ ਉਹ ਤੋਂ ਮੀਂਹ ਭਰਾਤਾ ਨੋਟਾਂ ਦਾ, ਬਿਲਕੁਲ। ਉਸ ਸਮੇਂ ਲਾਊਡ ਸਪੀਕਰ ਨਹੀਂ ਹੁੰਦੇ ਸੀ, ਆਵਾਜ਼ਾਂ ਕੋਇਲਾਂ ਵਰਗੀਆਂ ਮਿੱਠੀਆਂ ਤੇ ਕੁੰਜਾਂ ਵਰਗੀਆਂ ਆਵਾਜ਼ਾਂ ਦੂਰ ਜਾਂਦੀਆਂ ਸੀ ਫਿਰ ਇਹਨਾਂ ਦੀਆਂ, ਬਿਲਕੁਲ ਬਹੁਤ ਵਧੀਆ ਮਿੱਠੀਆਂ ਆਵਾਜ਼ਾਂ। ਹੁਣ ਵੀ ਕਲਾਕਾਰਾਂ ਦੀਆਂ ਆਵਾਜ਼ਾਂ ਬੜੀਆਂ ਮਿੱਠੀਆਂ ਨੇ। ਤੇ ਹੋਰ ਕੀ ਸਮਾਨ ਪਿਆ ਤੁਹਾਡੇ ਕੋਲ? ਮੇਰੇ ਕੋਲ ਪੁਰਾਣੇ ਰਿਕਾਰਡ, ਪੁਰਾਣੀਆਂ ਮਸ਼ੀਨਾਂ ਤਵੇ ਵਾਲੀਆਂ ਜੀ, ਪੁਰਾਣੇ ਰਿਕਾਰਡ ਅੱਗੇ ਚੱਲਦੇ 1947 ਤੋਂ ਪਹਿਲਾਂ ਦੇ ਰਿਕਾਰਡ ਗਿਣਤੀ ਕੋਈ ਦੇ ਸੰਗੀਤ, ਪੁਰਾਣਾ ਫਿਲਮੀ ਸੰਗੀਤ ਜਾਂ ਪੰਜਾਬੀ ਢੱਡ ਸਰੰਗੀ ਦੇ ਕਲੀਆਂ, ਪੁਰਾਣੇ ਗਾਣੇ ਜਾਂ ਫਿਲਮੀ ਸੰਗੀਤ ਜਾਂ ਰਾਜਸਥਾਨ ਦੇ ਰਿਕਾਰਡ, ਹਰਿਆਣੇ ਦੇ ਰਿਕਾਰਡ, ਵੀ 1900 ਪੰਜਾਬੀ ਸੰਗੀਤ ਤਾਂ ਮੇਰਾ ਘਰ ਹੀ ਭਰਿਆ, ਵੀ ਇੰਨਾ ਸੰਗੀਤ ਮੈਂ ਬਾਈ ਚਾਂਸ ਰਿਕਾਰਡ ਦੇ ਵੀ ਦਿੰਦਾ ਨਾ, ਪਰ ਮੈਂ ਰਿਕਾਰਡ ਕੋਲ ਜ਼ਰੂਰ ਰੱਖਦਾ। ਠੀਕ ਹੈ, ਅਤੇ ਜਿਹੜੇ ਰੇਡੀਓ ਅਤੇ ਹੋਰ ਸਮਾਨ ਮਾਈਕ ਮੇਰੇ ਕੋਲ, ਪੁਰਾਣੇ ਰਿਕਾਰਡ, ਪੁਰਾਣੀਆਂ ਤਵਿਆਂ ਵਾਲੇ ਮਸ਼ੀਨਾਂ, ਪੁਰਾਣੇ ਸਿੱਕੇ, ਪੁਰਾਣੇ ਨੋਟ, ਭਾਰਤ ਦੇ ਨਕਸ਼ੇ ਵਾਲੇ ਦਰੀਆਂ, ਠੀਕ ਹੈ, ਕੱਤਣੀਆਂ, ਬੋਟੇ, ਬੇਲਣੀਆਂ, ਮੱਖੀ ਤੋਪੇ ਦੀਆਂ ਫੋਟੋਆਂ, ਮੂਹੜੇ, ਗੱਤੇ ਦੇ ਘੜੇ, ਚਮੜੇ ਦੇ ਕੁੱਪੇ, ਦੋਵੇਂ ਟੋਕਣੀਆਂ, ਬਾਗ ਫਲਕਾਰੀਆਂ, ਪੁਰਾਣੇ ਮੈਕ, ਜਿਵੇਂ ਅੱਗੇ ਕੋਈ ਗੀਤ ਆ ਜਾਂਦਾ ਨਾ ਤੇ ਉਹ ਗੀਤ ਦੇ ਨਾਲ ਦੀ ਨਾਲ ਹੀ ਮਤਲਬ ਕੁੜੀਆਂ ਰਿਕਾਰਡ ਆ ਜਾਂਦਾ ਸੀਗਾ, ਤੇ ਜਿਹੜਾ ਗਾਣਾ ਗਾਉ ਮਤਲਬ ਲਾਊਡ ਸਪੀਕਰਾਂ ਚੱਲਦਾ ਆਪਣਾ, ਉਹ ਮੰਜੇ ਜੋੜ ਕੇ ਸਪੀਕਰ ਹੀ ਚੱਲਦੇ ਸੀ ਉਸ ਸਮੇਂ, ਤੇ ਰਿਕਾਰਡ ਵੀ ਉਸ ਸਮੇਂ ਆ ਜਾਂਦੇ ਸੀਗੇ, ਵੀ 15 ਦਿਨਾਂ ਬਾਅਦ, 10 ਦਿਨਾਂ ਬਾਅਦ ਕੁੜੀ ਤਸਵੀਰ ਬਣਾਉਂਦੇ ਸੀ, ਤੇਰੇ ਭੁੱਲ ਕੇ ਬਾਗ ਵਿੱਚ ਆ ਗਈ, ਇੱਕ ਫੁੱਲ ਤੋੜ ਲੈਂਦੇ ਹੋ। ਸਹੀ ਹੈ, ਸਹੀ ਹੈ। ਇੱਕ ਰਿਕਾਰਡ ਅਸੀਂ, ਇਹ ਵੀ ਬੜਾ ਲੋਕ ਚੱਲਦੇ ਆ, ਤੇਰੇ ਭੁੱਲ ਕੇ ਬਾਗ ਵਿੱਚ ਆ ਗਈ, ਇੱਕ ਫੁੱਲ ਤੋੜ ਲੈਂਦੇ ਹੋ, ਤੋੜ ਲੈਂਦੇ, ਰਣਜੀਤ ਕੌਰ ਅਤੇ ਮਾਮਾ ਸਰੀਕ ਦਾ, ਇੱਕ ਸੁਰਿੰਦਰ ਕੌਰ ਅਤੇ ਰੰਗੀਲੇ ਜੱਟ ਨੇ ਵੀ ਗਾਇਆ, ਕਹਿੰਦੇ ਟੱਪ ਕੇ ਗੁਲਾਬੀ ਫੁੱਲ ਤੋੜਿਆ ਮਿੱਤਰਾਂ ਦੇ ਬਾਗ ਦੇ ਵਿੱਚੋਂ। ਉਹ ਇੱਕ ਵਾਰ ਲਿਖਾਰੀ ਬੋਲਿਆ, ਕਹਿੰਦਾ ਯਾਰ ਗਾਣਾ ਤਾਂ ਇਹੋ ਜਿਹਾ ਵੀ ਕਹਿੰਦੇ ਟੱਪ ਕੇ ਗੁਲਾਬੀ ਫੁੱਲ ਤੋੜਿਆ ਮਿੱਤਰਾਂ ਦੇ ਬਾਗ ਦੇ ਵਿੱਚੋਂ, ਬਾਗ ਤਾਂ ਮਿੱਤਰਾਂ ਦਾ ਹੋ ਗਿਆ, ਅਤੇ ਕੁੜੀ ਕਹਿੰਦੇ ਉੱਤੇ ਕੀ ਲੈਣਗੇ ਜੀ। ਚਲੋ, ਹੋਰ ਸਾਰੇ ਬੈਠੇ, ਸੁਰਿੰਦਰ ਕੌਰ ਵੀ ਬੈਠੀ ਉਸ ਸਮੇਂ, ਗੁਰਮੀਤ ਬਾਬਾ ਵੀ ਬੈਠੀ ਸੀ, ਅਤੇ ਕਲਾਕਾਰ ਇੱਕ ਕੁੜੀ ਅੰਗਰੇਜ਼ਨ ਆ, ਉਹ ਵੀ ਸਾਡੇ ਕੋਲ ਹੀ ਬੈਠੀ, ਸਾਰੇ ਅਸੀਂ ਬੈਠੇ ਸੀ ਜੀ। ਅਤੇ ਚੰਨ ਕਰਾਇਆ ਬਾਬੂ ਸਿੰਘ ਮਾਨ, ਚੰਨ ਕਰਾਇਆ ਵਾਲਾ ਵੀ ਬਾਬੂ ਸਿੰਘ ਮਾਨ, ਮੇਰੇ ਖਿਆਲ ਪ੍ਰੋਫੈਸਰ ਮੋਹਨ ਸਿੰਘ ਮਿਲੇ, ਜਗਦੇਵ ਸਿੰਘ ਜੱਸੋਵਾਲ ਵਰਗੇ ਸੀਗੇ, ਠੀਕ ਹੈ ਜੀ। ਸੰਤ ਰਾਮ ਦਾਸੀ, ਉਹਨੇ ਉਹਦੇ ਚੂੜੀਆਂ ਦਾ ਹੋਕਾ, ਮੇਰੇ ਕੋਲ ਸੰਤ ਰਾਮ ਦਾਸੀ ਦੀ ਆਵਾਜ਼ ਵੀ ਹੈਗੀ ਆ,
ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼, ਅਸਲੀ ਆਵਾਜ਼ਾਂ ਵੀ ਹੈਗੀਆਂ। ਠੀਕ ਹੈ ਬਾਈ। ਅਤੇ ਵੀ ਮੇਰੇ ਕੋਲ ਪੁਰਾਣੇ ਮੈਕ, ਪੁਰਾਣੇ ਰੇਡੀਓ, ਪੁਰਾਣੇ ਸਿੱਕੇ, ਸੂਈ ਧਾਗੇ ਨਾਲ ਤਸਵੀਰਾਂ, ਜਿਵੇਂ ਸਰਬਣਵੀਰ ਦੀਆਂ ਤਸਵੀਰਾਂ ਸੂਈ ਧਾਗੇ ਨਾਲ ਬਣਦੀਆਂ ਹੁੰਦੀਆਂ ਸੀਗੀਆਂ। ਦੁੱਖ ਭੰਜਨੀ ਬੇਰੀ, ਕਿੱਕਰ ਅਤੇ ਕਾਟੋ, ਅਤੇ ਉਹ ਦੇਖੋ ਸਾਹਮਣੇ ਗੱਡਾ ਵੀ ਬੜਾ ਸੋਹਣਾ, ਕੱਪੜੇ ਪਏ ਪਏ ਅਤੇ ਚਰਖੇ ਚੁਰਖੇ ਬੜੇ, ਮੈਂ ਘੱਗਰੇ ਬੜੇ ਬਣਾਉਣਾ ਜੀ, ਵਿਦੇਸ਼ਾਂ ਹੀ ਬਣਾ ਕੇ ਭੇਜਦਾ। ਅੱਛਾ ਐਂ ਦੱਸੋ ਬਾਈ ਜਗਦੇਵ, ਤੁਹਾਨੂੰ ਇਹ ਕਦੋਂ ਸ਼ੌਂਕ ਜਾਪਿਆ, ਤੁਹਾਡੀ ਉਮਰ ਕਿੰਨੀ ਪਹਿਲਾਂ ਦੱਸੋ? ਮੇਰੀ ਉਮਰ 58 ਸਾਲ ਦੀ ਆ। 58 ਸ਼ੌਂਕ ਕਦੋਂ ਪਿਆ? 38 ਸਾਲ ਹੋ ਗਏ ਜੀ। ਅੱਛਾ, ਇਹ ਸ਼ੌਂਕ ਜਾਗੇ ਨੂੰ। ਅੱਛਾ, ਤੁਸੀਂ ਇੱਕ ਸਮਾਨ ਇਹ ਖਿਲਾਰ ਕੇ ਕਾਹਤੋਂ ਰੱਖਿਆ ਹੋਇਆ ਇੰਨਾ ਸਮਾਨ? ਤਾਂ ਫਿਰ ਜਗ੍ਹਾ ਵੱਧ ਚਾਹੀਦੀ ਜੀ ਇਸ ਨੂੰ, ਜਗ੍ਹਾ ਵੱਧ, ਕਿਉਂਕਿ ਜੇ ਅਸੀਂ ਤਾਂ ਕਣਸਾਂ 'ਤੇ ਲਾਉਣੇ ਆ, ਲਾਉਣ ਵੇਲੇ ਮੇਲਾ ਆ ਜੇ ਕੋਈ, ਅਤੇ ਉਦੋਂ ਟੁੱਟਣ ਦਾ ਡਰ ਵੀ, ਡਿੱਗਣ ਦਾ ਡਰ ਵੀ ਆ। ਅਸੀਂ ਮੇਲਿਆਂ 'ਚ, ਹਾਂ ਤੁਸੀਂ ਬਠਿੰਡੇ ਆਪਣਾ ਜਿਹੜਾ ਖੇਡ ਮੈਦਾਨ ਕੋਲ ਵਿਰਾਸਤੀ ਮੇਲਾ ਲੱਗਦਾ, ਤੁਸੀਂ ਉੱਥੇ ਵਿਰਾਸਤੀ ਮੇਲਾ ਜੈਪਾਲਗੜ੍ਹ ਪਿੰਡ ਹਾਂਜੀ ਬਣਾਇਆ ਵੀ, ਜਿਹੜਾ ਬਠਿੰਡੇ ਪੁਰਾਣੇ ਬੱਸ ਸਟੈਂਡ 'ਤੇ, ਬਿਲਕੁਲ ਉੱਥੇ ਵੀ ਅਸੀਂ ਮੇਲੇ ਦੇ ਵਿੱਚ ਸਾਡਾ ਸਮਾਨ 2004 'ਚ ਮੈਂ ਸਮਾਨ ਲੱਗਿਆ ਲਾਉਣ। ਠੀਕ ਹੈ ਬਾਈ। 2004 ਦਾ ਇਹਨਾਂ ਨਾਲ ਮੇਲੇ ਵੱਲ ਜੁੜਿਆ ਸਾਡਾ ਖਾਲਸਾ, ਹਰਿੰਦਰ ਸਿੰਘ ਖਾਲਸਾ, ਮਾਲਵਾ ਹੈਰੀਟੇਜ ਬਠਿੰਡਾ, ਉਹਨਾਂ ਨਾਲ ਹੀ ਪੱਕੇ ਸੈੱਟ ਆ ਜੀ ਮੇਲੇ ਦੇ। ਹੋਰ ਵੀ ਮੇਲਿਆਂ 'ਚ, ਵਿਰਾਸਤ ਮੇਲਿਆਂ 'ਚ ਚੰਡੀਗੜ੍ਹ, ਪਟਿਆਲੇ, ਲੁਧਿਆਣੇ ਅਤੇ ਨਾਭੇ, ਮਤਲਬ ਸਾਰੇ ਸ਼ਹਿਰਾਂ 'ਚ ਵੀ ਜਾਂਦਾ। ਲਾਊਡ ਸਪੀਕਰ ਲਾਉਣ ਤਾਂ ਮੈਂ ਸਾਰੇ ਪੰਜਾਬ 'ਚ ਹੀ ਜਾਂਦਾ। ਵਿਆਹਾਂ 'ਚ ਵੀ ਜਾਂਦਾ, ਹਾਂ ਲਾਊਡ ਸਪੀਕਰ। ਆਪਾਂ ਉਦੋਂ ਸਾਡੇ ਵਿਆਹ 'ਤੇ ਮਿਲੇ ਸੀ ਨਾ ਆਪਣੇ, ਹਾਂ ਛੋਟੇ ਵੀ ਲਾਏ ਸੀ, 4-5 ਲਾਇਆ ਸੀ। ਜਿਵੇਂ ਇੱਥੇ ਲਾਇਆ ਮੈਂ ਛੋਟੀ ਲੀਲੋ ਵੀ ਲੁਧਿਆਣੇ ਕੋਲ ਲਾਇਆ, ਪਿੰਡ 'ਚ ਝੜਾੜੀ, ਪਿੰਡ ਮਨਾਲ ਅਤੇ ਰੱਤਾ ਖੇੜਾ ਪੰਜਾਬ ਸਿੰਘ ਵਾਲਾ ਮਿਠੜੀ ਅਤੇ ਹੋਰ ਪਿੰਡਾਂ ਦੇ ਵਿੱਚ ਵੀ ਅਸੀਂ ਲਾਊਡ ਸਪੀਕਰ, ਤਕਰੀਬਨ ਸਾਡੇ ਪਿੰਡ ਵੀ ਬੜੇ ਲੋਕਾਂ ਨੇ ਲਾਇਆ ਜੀ। ਅਤੇ ਹੋਰ ਵੀ ਬਹੁਤ ਦੂਰ ਦੂਰ ਤੱਕ, ਛੋਟੀ ਲੀਲੋ ਵੀ ਉੱਥੇ ਨਹਿਰ 'ਤੇ ਪਿੰਡ ਪੈਂਦਾ, ਬਹੁਤ ਦੂਰ ਤੱਕ। ਅੱਛਾ, ਜਿਹੜੇ ਤੁਹਾਡੇ ਕੋਲ ਆ ਪਏ ਆ ਸਾਰਾ ਸਮਾਨ ਪਿਆ ਪੁਰਾਣਾ ਤਵਿਆਂ ਵਾਲਾ, ਚੱਲਦਾ ਪ੍ਰੋਪਰ? ਸਾਰਾ ਕੁਛ ਚੱਲਦਾ, ਰਿਕਾਰਡ ਹਰੇਕ ਤਰ੍ਹਾਂ ਦਾ ਰਿਕਾਰਡ ਮੇਰੇ ਕੋਲ ਪਿਆ ਜੀ। ਆਹ ਇੱਕ ਜਿਹੜਾ ਰਿਕਾਰਡ ਲਾਉਣ ਲੱਗਿਆ ਹੁਣ ਮੈਂ, ਜਦੋਂ ਬਾਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ 'ਚ ਕਰਤਾ ਸੀ, ਅੱਛਾ ਜੀ, ਕਹਿੰਦੇ ਪੀਸ ਚੱਕੀਆਂ ਅਤੇ ਚੱਕੀਆਂ ਆਪੇ ਚੱਲ ਪਈਆਂ ਸੀਗੀਆਂ, ਬਿਲਕੁਲ ਆਹ ਹੁਣ ਲਾਉਣ ਲੱਗਿਆ ਤੁਹਾਨੂੰ ਗੀਤ, ਇਹ ਸੁਣੋ। ਇਹ ਬਾਬਾ ਸਿੱਧੂ ਦਾ ਰਿਕਾਰਡ ਹੈ, ਪਹਿਲਾਂ 1,00,000 ਦੇ ਤਵੇ 'ਚ ਆਇਆ ਇਹ। ਠੀਕ ਹੈ। ਅਤੇ ਜਗਰਾਵਾਂ ਦੇ ਵਿੱਚ ਫਜ਼ਲ ਟੁੰਡੇ ਵਰਗੇ, ਛੱਜਰ ਸ਼ਹਿਰ ਵਰਗੇ ਅਤੇ ਅਲੀ ਚੱਕ ਵਾਲੇ, ਸਰਾਂ ਆਲਮਗੀਰ ਵਾਲੇ, ਇਹ ਬੜੇ ਮਸ਼ਹੂਰ ਹੁੰਦੇ ਸੀ। ਉਦੋਂ ਬਾਅਦ ਨਰਿੰਦਰ ਬੀਬਾ, ਚਾਂਦੀ ਰਾਮ, ਕੁਲਦੀਪ ਮਾਨਕ, ਮੁਹੰਮਦ ਸਦੀਕ, ਹਜ਼ਾਰਾ ਸਿੰਘ ਰਮਤਾ, ਪਿਆਰਾ ਸਿੰਘ ਪੰਛੀ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਧਾ, ਨਾਇਬ ਕੋਟੀਆ, ਕਰਨੈਲ ਸਿੰਘ ਪਾਰਸ, ਰਾਮੂ ਵਾਲੇ ਅਤੇ ਭੋਤਨਿਆਂ ਵਾਲੇ ਕਮਿਸ਼ਰ, ਜਾਂ ਹੋਰ ਹਜ਼ਾਰਾਂ ਕਮਿਸ਼ਰਾਂ ਦੀਆਂ ਆਵਾਜ਼ਾਂ ਵੀ ਮੇਰੇ ਕੋਲ ਪਈਆਂ। ਅਤੇ ਹਰੇਕ ਕਲਾਕਾਰਾਂ 'ਚ ਨਾਇਬ ਕੋਟੀਆ ਹੋਇਆ, ਸੰਨ 1947 ਤੋਂ ਪਹਿਲਾਂ ਜੁਗਨੀ ਬੜੀ ਮਸ਼ਹੂਰ ਹੈ ਇਹਦੀ, ਬਿਲਕੁਲ, ਕਿਉਂਕਿ ਸਾਰਾ ਸੰਗੀਤ ਤਾਂ ਨਹੀਂ ਲਾਇਆ ਜਾਂਦਾ, ਵੀਡੀਓ ਬਹੁਤ ਲੰਮੀ ਬਣ ਜਾਂਦੀ ਆ, ਬੜੀਆਂ ਤਸਵੀਰਾਂ ਪਈਆਂ ਮੇਰੇ ਕੋਲ ਸੂਈ ਧਾਗੇ ਨਾਲ ਕੱਤਣੀ ਅੱਜ ਕੱਲ੍ਹ। ਪਹਿਲਾਂ ਤੁਸੀਂ ਆਹ ਸੁਣਾਓ ਹੁਣ ਜਿਹੜਾ ਆਪਾਂ, ਹਾਂਜੀ ਆਹ ਲਓ ਜੀ ਸੁਣੀਏ, ਗੀਤ ਸੁਣੋ, ਬੜਾ ਸੋਹਣਾ ਪੁਰਾਣਾ ਗੀਤ ਆ। ਹਾਂਜੀ, ਜਦੋਂ ਬਾਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅੰਦਰ ਜੇਲ੍ਹ 'ਚ ਕਰਤੇ ਸੀ, ਅਤੇ ਚੱਕੀਆਂ ਕਹਿੰਦੇ ਚਲਾਓ ਅਤੇ ਚੱਕੀਆਂ ਆਪੇ ਚੱਲ ਪਈਆਂ, ਅੱਜ ਸੁਣੋ ਜੀ, ਚੱਕੀਆਂ ਆਪੇ ਚੱਲਣਗੀਆਂ। ਤੁਸੀਂ ਇਹ ਦੱਸੋ ਬਾਈ, ਤੁਹਾਡੇ ਕੋਲ ਇੰਨਾ ਸਮਾਨ ਪਿਆ, ਪੁਰਾਣੇ ਤਵੇ ਪਏ, ਸਾਰਾ ਸਮਾਨ ਹੈ ਨਾ, ਰੇਡੀਓ ਜਾਂ? ਹਾਂਜੀ ਹਾਂਜੀ। ਇਹ ਲਿਆਂਦਾ ਕਿੱਥੋਂ ਸਾਰਾ ਕੁਝ, ਇਕੱਠਾ ਕਿਵੇਂ ਕੀਤਾ? ਬਹੁਤ ਦੂਰੋਂ ਦੂਰੋਂ ਇਕੱਠਾ ਕਰਿਆ ਜੀ, ਦਿੱਲੀ ਤੋਂ, ਆਪਣੇ ਪਿੰਡਾਂ 'ਚੋਂ, ਕੋਈ ਜ਼ਿਲ੍ਹਾ ਆਪਣਾ ਪੰਜਾਬ ਦਾ ਮੈਂ ਛੱਡਿਆ ਹੀ ਕੋਈ ਨਹੀਂ ਜੀ। ਠੀਕ ਹੈ ਬਾਈ। ਹਾਂ, ਜਿਵੇਂ ਕਲਕੱਤੇ ਕੋਲੋਂ ਬੜੇ ਰਿਕਾਰਡ ਆਏ ਆ, ਗਾਹਾਂ ਦੀਆਂ ਡਰਾਈਵਰ ਤੋਂ ਮੰਗਵਾਏ ਆ, ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਮਤਲਬ ਬਹੁਤ ਦੂਰੋਂ ਦੂਰੋਂ ਰਿਕਾਰਡ ਮੈਂ ਇਕੱਠੇ ਕਰੇ ਆ, ਜਿੱਥੋਂ ਪਤਾ ਲੱਗ ਜਾਵੇ ਉੱਥੋਂ ਮੰਗਾ ਲੈਂਦੇ। ਪਾਕਿਸਤਾਨ ਦਾ ਬਾਰਡਰ ਆਪਣਾ ਫਿਰੋਜ਼ਪੁਰ ਕੋਲੋਂ, ਇੱਧਰੋਂ ਹਿੰਦੁਸਤਾਨ ਅਤੇ ਆਪਣਾ ਪਾਕਿਸਤਾਨ ਇੱਕ ਹੁੰਦਾ ਸੀ, ਉਸ ਸਮੇਂ ਰਿਕਾਰਡ ਇਹਨਾਂ ਇਲਾਕਿਆਂ ਦੇ ਵਿੱਚੋਂ ਬਹੁਤ ਇਕੱਠੇ ਕਰੇ ਅਸੀਂ। ਠੀਕ ਹੈ ਬਾਈ। ਹਾਂ, ਇਹਨਾਂ ਇਲਾਕਿਆਂ ਦੇ ਵਿੱਚੋਂ, ਕਿਉਂਕਿ ਆਪਣਾ ਹਿੰਦੁਸਤਾਨ ਅਤੇ ਪਾਕਿਸਤਾਨ ਹੱਦ ਆ ਗਈ ਇਹ ਅੰਮ੍ਰਿਤਸਰ ਦੇ ਨੇੜੇ, ਅਤੇ ਬਹੁਤ ਇਕੱਠੇ ਕਰੇ ਰਿਕਾਰਡ, ਬਹੁਤ ਦੂਰੋਂ ਦੂਰੋਂ ਤਕਰੀਬਨ ਸੰਗੀਤ ਮੇਰੇ ਕੋਲ ਹਰੇਕ ਤਰ੍ਹਾਂ ਦਾ ਪਿਆ। ਇੱਕ ਤੁਸੀਂ ਦੱਸਿਆ ਸੀ ਕਰੀ ਕਿ ਜਦੋਂ ਘਰ ਦੇ ਵਿੱਚ ਕੋਈ ਢਿੱਲ ਮੱਠ ਹੋ ਗਈ, ਤੁਹਾਨੂੰ ਕੁਛ ਸਮਾਨ ਵੇਚਣਾ ਵੀ ਪਿਆ? ਹਾਂ, ਸਮਾਨ ਬੜੇ ਸਿੱਕੇ ਵੇਚੇ, ਬੜੇ ਰਿਕਾਰਡ ਵੇਚੇ ਜੀ ਵਿਆਹ 'ਚ ਸੀ। ਤੁਹਾਡੇ ਕੋਲ ਸਿੱਕੇ ਕਿਹੜੇ ਕਿਹੜੇ ਆਪਾਂ ਉਹ ਦੇਖਾਂਗੇ ਵੀ, ਪਰ ਦੱਸ ਦਿਓ ਤੁਸੀਂ ਸਿੱਕੇ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੇ, ਮੁਗਲ ਰਾਜ ਦੇ, ਮਲਕਾਂ ਦੇ, ਬਾਬਰ ਦੇ, ਔਰੰਗਜ਼ੇਬ ਦੇ, ਅਕਬਰ ਦੇ, ਸਿੱਕਿਆਂ ਦੇ ਕੋਈ ਪਤਾ ਹੀ ਨਹੀਂ ਜੀ, ਕਿੰਨੇ ਕੁ ਮੁਲਕਾਂ ਦਾ ਸਿੱਕਾ ਪਿਆ ਜੀ ਮੇਰੇ ਕੋਲ, ਅਤੇ ਕਿੰਨੇ ਕੁ ਮੁਲਕਾਂ ਦੇ ਨੋਟ ਪਏ ਆ, ਅਤੇ ਵੇਚੇ ਬਹੁਤ ਅਸੀਂ, ਕਿਉਂਕਿ ਗਰੀਬੀ ਦੇ ਕਾਰਨ ਪੇਟ ਨਹੀਂ ਚੱਲਦਾ। ਜਿਹੜਾ ਮੰਨ ਲਓ ਜਿਹੜਾ ਤੁਸੀਂ ਸਮਾਨ ਇਕੱਠਾ ਕੀਤਾ, ਇਹ ਤੁਸੀਂ ਖਰੀਦਿਆ ਜਾਂ ਲੋਕਾਂ ਨੇ ਤੁਹਾਨੂੰ ਤੋਹਫੇ ਵਜੋਂ ਦਿੱਤਾ? ਨਹੀਂ ਜੀ, ਖਰੀਦਿਆ ਹੀ ਹੈ ਜੀ। ਅੱਛਾ, ਇਹ ਤੇ ਪੈਸੇ ਲਾਏ? ਹਾਂ ਹਾਂ, ਪੈਸੇ ਲੱਗੇ ਜੀ, ਤੇ ਖਰੀਦਿਆ ਵੀ, ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ, ਸ਼ੌਂਕ ਦਾ ਮੁੱਲ ਕੋਈ ਨਹੀਂ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਪਰ ਕੁਛ ਨਾ ਕੁਛ ਸਮਾਨ ਕਿਤੇ ਨਾ ਕਿਤੇ ਤੁਹਾਨੂੰ
ਘਰ ਦੇ ਹਾਲਾਤ ਕਰਕੇ ਵੇਚਣਾ ਪੈਂਦਾ ਸੀ। ਬੜਾ ਵੇਚਿਆ ਜੀ, ਬੜਾ ਸਮਾਨ ਵੇਚਿਆ, ਰਿਕਾਰਡ ਬੜੇ ਵੇਚੇ ਜੀ, ਮੈਂ ਹਜ਼ਾਰਾਂ ਦੇ ਹਿਸਾਬ ਨਾਲ ਰਿਕਾਰਡ ਵੇਚਤੇ ਜੀ, ਮਸ਼ੀਨਾਂ ਬੜੀਆਂ ਵੇਚੀਆਂ, ਰੇਡੀਓ ਬੜੇ ਵੇਚੇ ਆ, ਵੀ ਹਰੇਕ ਤਰ੍ਹਾਂ ਦਾ ਮੇਰੇ ਕੋਲ ਸਮਾਨ ਪਿਆ। ਬਿਲਕੁਲ ਹਾਂ, ਦਾਜ ਕੱਤਣੀ, ਅੱਜ ਕੱਲ੍ਹ ਕਿਸੇ ਪਤਾ ਨਹੀਂ ਵੀ ਕੱਤਣੀ ਕੀ ਚੀਜ਼ ਆ, ਕੱਤਣੀ ਵੀ ਪਈ ਆ ਬੋਤਲਾਂ ਦੇ ਵਿੱਚ, ਅੱਗੇ ਕੁੜੀਆਂ ਗੁੱਡੀਆਂ ਪਟੋਲੇ ਬਣਾਉਂਦੇ ਹੁੰਦੇ ਸੀ, ਉਹ ਵੀ ਬੜਾ ਕੁਛ ਪਿਆ, ਕੁਛ ਸਾਰਾ ਸਮਾਨ, ਵੀਡੀਓ ਲੰਮੀ ਬਣ ਜਾਂਦੀ ਹੈ, ਹਰੇਕ ਬੰਦਾ ਨਹੀਂ ਦੇਖ ਸਕਦਾ। ਇੱਕ ਤੁਸੀਂ ਉਂਝ ਪਿੱਛੇ ਵਜੋਂ ਤੁਸੀਂ ਦਰਜੀ ਹੋ, ਹਾਂ ਤੁਸੀਂ ਕਿੰਨੇ ਤੁਹਾਡੇ ਪਿਛਲੀਆਂ ਪੀੜ੍ਹੀਆਂ ਵੀ ਕਰਦੀਆਂ ਰਹੀਆਂ ਕੰਮ? ਹਾਂ, ਸਾਡੀ ਚੌਥੀ ਪੀੜ੍ਹੀ ਚੱਲ ਪਈ ਜੀ ਸਿਲਾਈ ਦੇ ਕੰਮ ਨੂੰ, ਮਤਲਬ ਮੁੱਖ ਪਿੱਛੇ ਪੇਛਾ ਤੁਹਾਡਾ ਉਹੀ ਹੈ ਸਿਲਾਈ? ਹਾਂ, ਸ਼ਿੰਬਾ ਬਰਾਦਰੀ ਦੇ ਅਸੀਂ, ਠੀਕ ਹੈ ਜੀ, ਹੈਗੇ ਸਿਲਾਈ ਦਾ ਕੰਮ ਕਰਦੇ ਹਾਂ, ਮੇਜ਼ ਤੁਹਾਡਾ ਉਹੀ ਹੈ? ਹਾਂ, ਭਗਤ ਨਾਮਦੇਵ ਜੀ ਅੰਸ਼ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ। ਅਤੇ ਹੁਣ ਮੈਂ ਅੱਗੇ ਮੈਂ ਮਿਲਟਰੀ ਨੇ ਬਠਿੰਡੇ ਬੱਸ ਸਟੈਂਡ ਕੋਲ ਮੈਂ ਸਿਲਾਈ ਦਾ ਕੰਮ ਬਹੁਤ ਸਾਲ ਕਰਿਆ, 32-33 ਸਾਲ ਕੱਪੜੇ ਸਿਲਦੇ ਜੀ। ਅੱਛਾ, ਮਿਲਟਰੀ ਨੇ ਵਰਦੀਆਂ, ਪੁਲਿਸ ਦੀਆਂ ਵਰਦੀਆਂ, ਘੱਗਰੇ, ਕਲੀਆਂ ਵਾਲੇ ਕਮੀਜ਼, ਘੱਗਰੇ ਤਾਂ ਹੁਣ ਵੀ ਮੈਂ ਵਿਦੇਸ਼ਾਂ 'ਚ ਬਣਾ ਬਣਾ ਭੇਜਦਾ, ਆ ਪਏ ਆ ਜੀ, ਕਹੂੰ ਤਾਂ ਹੁਣ ਦਿਖਾ ਹੀ ਦਿੰਦੇ ਹਾਂ, ਆਹ ਦੇਖੋ ਜੀ। ਹਾਂ ਚਲੋ ਕੋਈ ਨਾ, ਆ ਲਓ ਆਹ ਦੇਖੋ ਜੀ, ਘੱਗਰੇ ਮੇਰੇ ਕੋਲ ਹਰੇਕ ਤਰ੍ਹਾਂ ਦੇ ਡਿਜ਼ਾਇਨਾਂ ਦੇ ਅਸੀਂ ਬਣਾਉਣਾ ਮੈਂ, ਅਤੇ ਇਹ ਦੇਖੋ ਇਹ ਵੀ ਵਿਦੇਸ਼ਾਂ 'ਚ ਜਾਣਾ ਜੀ, ਨਾਭੇ ਕੋਲੇ ਪਿੰਡ ਅਮਲੋਹ ਮੰਡੀ ਆ, ਅਮਲੋਹ ਕੋਲੇ ਪਿੰਡ ਉੱਚੀ ਰੁੜਕੀ ਆ, ਠੀਕ, ਉਹਨਾਂ ਨੂੰ ਭੇਜਣਾ ਦੋਸਤਾਂ ਨੂੰ, ਠੀਕ। ਵਿਆਹਾਂ ਸ਼ਾਦੀਆਂ ਜੀ ਵੀ ਅਸੀਂ ਗਿਫਟ ਥਾਂ 'ਤੇ ਘੱਗਰਿਆਂ ਦਿੰਦੇ ਹਾਂ ਜੀ, ਕਿਉਂ ਸੂਟ ਤਾਂ ਬਥੇਰੇ ਦੇ ਦਿੰਦੇ ਆ, ਪਰ ਘੱਗਰੇ ਮੈਂ ਸ਼ੌਂਕ ਨਾਲ ਬਣਾ ਕੇ ਦਿੰਦਾ। ਮਾਸਟਰ ਨਰਿੰਦਰ ਸਿੰਘ ਆ ਉਹ ਦੋਸਤ ਆ, ਉਹਨਾਂ ਨੇ ਚਾਹੀਦਾ, ਉਹਨਾਂ ਨੂੰ ਦੇਣਾ ਜੀ। ਹਾਂਜੀ ਹਾਂਜੀ, ਉੱਚੀ ਰੁੜਕੀ ਪਿੰਡ ਆ ਜੀ। ਬਾਈ ਇੱਕ ਤੁਸੀਂ ਇਹਨਾਂ ਬਾਰੇ ਦੱਸੋ ਮਾਈਕਲ, ਜਿਹੜੇ ਇਹ ਮੈਕ ਨੇ ਜੀ, ਬਹੁਤ ਪੁਰਾਣੇ ਮੈਕ ਆ, ਛੱਲੀ ਮੈਕ ਅਤੇ ਲਾਟੂ ਮੈਕ ਮੈਕ ਬਾਈਦੇ ਜੀ ਇਹ। ਇਹਨਾਂ ਦੇ ਭਾਸ਼ਣ ਸਾਡੇ ਬਠਿੰਡੇ ਪਹਿਲੀ ਵਾਰੀ ਜਦੋਂ ਇੰਦਰਾ ਆਈ ਸੀ, ਅੱਛਾ, ਅਤੇ ਸ਼ੇਰੇ ਸ਼ੇਰੇ ਪੰਜਾਬ ਲਾਊਡ ਸਪੀਕਰ ਚੱਲਦੇ ਨੇ ਗਣੇਸ਼ਾ ਬਸਤੀ ਵਾਲਿਆਂ ਦਾ, ਚੰਦ ਸਿੰਘ ਦਾ, ਠੀਕ ਆ ਬਾਈ, ਅਤੇ ਚੰਦ ਸਿੰਘ ਬੜਾ ਮਸ਼ਹੂਰ ਹੋਇਆ ਜੀ, ਉਹਨਾਂ ਦੇ ਲਾਊਡ ਸਪੀਕਰ ਬੜੇ ਮਸ਼ਹੂਰ ਨੇ, ਸ਼ੇਰੇ ਪੰਜਾਬ ਲਾਊਡ ਸਪੀਕਰ ਗਣੇਸ਼ਾ ਬਸਤੀ 'ਚ ਚੰਦ ਸਿੰਘ ਦਾ, ਅਤੇ ਉਹਨਾਂ ਨੇ ਜਦੋਂ ਪਹਿਲੀ ਵਾਰੀ ਇੰਦਰਾ ਆਈ ਸੀ ਇਹ ਮੈਕ ਉਹਨਾਂ ਨੇ ਦਿੱਤੇ ਸੀਗੇ ਜੀ, ਠੀਕ ਹੈ। ਆਹ ਮੈਕ ਮੈਂ ਕੁਛ ਦਿੱਲੀਓਂ ਲਏ ਆ ਜੀ, ਜਿਵੇਂ ਜਿਵੇਂ ਇੰਦਰਾ ਜੀ ਨੇ ਭਾਸ਼ਣ ਦਿੱਤਾ, ਨਹਿਰੂ ਨੇ, ਸੁਭਾਸ਼ ਚੰਦਰ ਬੋਸ ਨੇ, ਮਹਾਤਮਾ ਗਾਂਧੀ ਨੇ, ਇਹ ਮੈਕ ਮੈਂ ਉਹਨਾਂ ਤੋਂ, ਜਿਵੇਂ ਦਿੱਲੀ ਦੇ ਵਿੱਚ ਜੀ ਇਹ ਕੰਮ ਕਰਦੇ ਆ, ਕੋਈ ਰੇਡੀਓ ਟੇਬਲ ਡੈਕਾਂ ਦਾ ਜੀ, ਰਿਕਾਰਡਾਂ ਦਾ ਕੰਮ ਕਰਦੇ ਆ, ਉਹਨਾਂ ਕੋਲ ਨਿਸ਼ਾਨੀਆਂ ਪਈਆਂ ਸੀਗੀਆਂ ਜੀ, ਉਹ ਨਿਸ਼ਾਨੀਆਂ ਮੈਨੂੰ ਦਿੱਤੇ ਆ। ਇਹ ਛੱਲੀ ਮੈਕ ਆ ਜੀ, ਛੱਲੀ ਮੈਕ ਸ਼ੂਟਿੰਗ ਦੇ ਬੜੇ ਲੋਕ ਲੈ ਜਾਂਦੇ ਜੀ। ਅੱਛਾ, ਜਦੋਂ ਗੀਤਾਂ ਦੇ ਵਿੱਚੋਂ ਬਸ, ਹਾਂ ਦੇ ਲਾ ਖਿਲਾ, ਹਾਂਜੀ, ਮੈਂ ਜਦੋਂ ਖੜਾ ਜਾਂਦੇ ਸ਼ੌਂਕ ਤੌਰ 'ਤੇ ਲਾਉਂਦੇ ਜੀ ਇਹਨਾਂ ਚੀਜ਼ਾਂ ਨੂੰ, ਹਾਂਜੀ। ਅਤੇ ਇਹ ਮੈਕ ਬੜੇ ਮਸ਼ਹੂਰ ਹੁੰਦੇ ਸੀ, ਹੁਣ ਵੀ ਜਦੋਂ ਚੱਲਦੇ ਕਰਦੇ, ਹੁਣ ਇਹਨਾਂ ਵਿੱਚ ਛੋਟਾ ਮੈਕ ਫਿੱਟ ਕਰਦੇ, ਜਦੋਂ ਮਰਜ਼ੀ ਚੱਲਦੇ ਹੋ ਜਾਣਗੇ ਇਹ, ਚੰਬੇ 'ਚ ਦੂਜਾ ਮਾਈਕ ਲਾ ਕੇ। ਹਾਂ, ਇਹ ਤੁਸੀਂ, ਤੁਹਾਨੂੰ ਤੋਹਫਾ ਮਿਲਿਆ ਸੀਗਾ ਇਹ? ਹਾਂ, ਮੈਂ ਲਏ ਆ ਜੀ, ਦੋ ਗਾਹਾਂ ਦੀਆਂ ਖਰੀਦੇ ਵੀ ਜੀ ਮੇਰੇ, ਅਤੇ ਗਾਹਾਂ ਇੱਕ ਬਾਈ ਤੁਸੀਂ ਆਹ ਕਰੰਸੀ ਬਾਰੇ ਦੱਸੋ, ਜਿਹੜੀ ਸਾਰੇ ਦੇਸ਼ਾਂ ਦੀ ਇਕੱਠੀ ਕਰੀ। ਇਹ ਕੁਛ ਨੋਟ ਜੀ ਪਾਕਿਸਤਾਨ ਦੇ ਆ, ਕੁਛ ਨੋਟ ਜਪਾਨ ਦੇ ਆ, ਕੁਛ ਨੋਟ ਕੈਨੇਡਾ ਦੇ ਜੀ, ਕੁਛ ਨੋਟ ਮੱਕੇ ਮਦੀਨੇ ਦੇ ਆ, ਕੁਛ ਨੇਪਾਲ ਦੇ ਆ, ਮਤਲਬ ਹਰੇਕ ਮੁਲਕ ਦਾ ਨੋਟ, ਕੁਛ ਸਿੰਗਾਪੁਰ ਦੇ ਨੋਟ ਪਏ ਆ ਜੀ, ਆਹ ਆਪਣਾ 10 ਨੋਟ ਬਹੁਤ ਪੁਰਾਣੇ ਆ ਜੀ, ਜਿਵੇਂ ਜਿਵੇਂ ਨੋਟ ਬਦਲਦੇ ਆਏ ਆ ਉਵੇਂ ਅਸੀਂ ਨੋਟ ਲਾਉਂਦੇ ਆਏ ਜੀ, ਅਬ ਸ਼ੇਰਾਂ ਵਾਲੇ ਨੋਟ ਜਾਂ ਹੋਰ ਨੋਟ, ਕਿ ਜਿਵੇਂ ਆਪਣੇ ਡੱਬੀ ਵਾਲੇ ਇਹ 50 ਸਾਲ ਤੋਂ ਪਹਿਲਾਂ ਚੱਲਦੇ ਹੁੰਦੇ ਸੀਗੇ ਜੀ, ਇਹ ਨੋਟ ਅਤੇ ਆਹ 1000 ਦਾ ਨੋਟ ਆ, ਬਹੁਤ ਪੁਰਾਣਾ ਜੀ, ਬਾਕੀ ਆਹ ਨੋਟ ਕੁਛ ਪਏ ਨਹੀਂ ਮੇਰੇ ਕੋਲ, 787 ਦੇ ਨੋਟ ਪਏ ਆ ਜੀ, ਬਾਕੀ ਹਰੇਕ ਵਿਦੇਸ਼ੀ ਨੋਟ ਮੇਰੇ ਕੋਲ ਪਏ ਨੇ ਤਕਰੀਬਨ, ਉਹ ਲਾਉਣ ਕਣੀਓ ਪਏ ਆ ਜੀ, ਇਹ 6 ਵਾਲੇ ਨੋਟ ਆ, ਆਹ 1 ਦਾ ਨੋਟ ਰੁਪਈਆ ਜੀ, ਬਹੁਤ ਪੁਰਾਣਾ ਪੁਰਾਣੇ ਟਾਈਪ ਦਾ, ਹਰੇਕ ਭਾਸ਼ਾ ਇਹਦੇ 'ਚ ਲਿਖੀ ਆ। ਚਲੋ ਹੁਣ ਆਪਾਂ ਨਾ ਸਿੱਕੇ ਦਿਖਾਓ ਆਪਾਂ ਨੂੰ, ਸਿੱਕੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਤਸਵੀਰਾਂ ਵਾਲੇ ਪਏ ਆ ਜੀ, ਸ਼੍ਰੀ ਰਾਮ ਦਰਬਾਰ ਦੇ ਵੀ ਸਿੱਕੇ ਪਏ ਆ ਜੀ, ਬਾਲੇ ਮਰਦਾਨੇ ਵਾਲੇ ਸਿੱਕੇ ਪਏ ਸਾਡੇ ਕੋਲ ਜੀ, ਅਤੇ 786 ਦੇ ਸਿੱਕੇ ਪਏ ਆ ਜੀ, ਗੁਰੂ ਗੋਰਖਨਾਥ ਦੇ ਸਿੱਕੇ ਵੀ ਪਏ ਸਾਡੇ, ਕਿਉਂਕਿ ਸੱਪਾਂ ਦੇ ਜੋੜੇ ਆ ਦੇਖੋ ਤੁਸੀਂ ਦੇਖ ਰਹੇ ਹੋ ਜੀ, ਸੱਪਾਂ ਦੇ ਜੋੜੇ, ਅਤੇ ਸਿੱਕਾ ਸਾਡੇ ਤਕਰੀਬਨ ਬਿਲਕੁਲ ਜੀ ਬਹੁਤ ਤਰ੍ਹਾਂ ਦਾ ਸਿੱਕਾ ਪਿਆ, ਕੁਛ ਨੋਟ ਅਜੇ ਲੱਗੇ ਨਹੀਂ ਹਜੇ, ਆਹ ਕੀ ਚੀਜ਼, ਆਹ ਸਿੱਕਾ ਲਿਫਾਫੇ ਭਰ ਕੇ, ਹਾਂ ਇਹ ਕਿਸੇ ਅੰਗਰੇਜ਼ ਦਾ ਮੈਡਲ ਆ ਬਈ, 15ਵੀਂ ਕਿ 16ਵੀਂ ਸਦੀ ਦਾ ਜੀ। ਅੱਛਾ, ਅਤੇ ਇਹ ਅਰਬੀ ਭਾਸ਼ਾ ਦਾ ਸਿੱਕਾ ਜੀ, ਹੋ ਸਕਦਾ ਇਹ ਪੜ੍ਹਾਈ ਨਹੀਂ ਪੜ੍ਹੀ ਜਾਂਦੀ, ਇਹ ਇੱਕ ਪਾਸੇ ਐਲਫੀ ਲੱਗੀ ਵੀ ਹੈ ਇਹਦੇ ਗੂੰਦ, ਅਤੇ ਇਹ ਆਹ ਜੇ ਸਿੱਕਾ ਥੇਹਾਂ 'ਚ ਹੁੰਦੇ ਸੀ ਜੀ, ਕਿਸੇ ਪਿੰਡ ਦੋਸਤਾਂ ਤੋਂ ਗਾਹਾਂ ਦੀ ਗਾਹਾਂ ਅਸੀਂ ਲਏ ਸੀਗੇ, ਆਹ ਦੇਖੋ ਨੋਟ, ਇਹ ਸਿੱਕੇ ਬੜੇ ਪੁਰਾਣੇ ਜੀ, ਆਹ ਪਏ ਆ, ਇਹ ਚਿੱਟੇ ਤਾਂਬੇ ਦੇ ਸਿੱਕੇ ਆ, ਠੀਕ ਹੈ ਜੀ। ਹਾਂ, ਹਰੇਕ ਤਰ੍ਹਾਂ ਸਿੱਕਾ, ਕਿਉਂਕਿ ਸ਼ੀਸ਼ੇ ਟੁੱਟ ਜਾਂਦੇ ਕਈ ਵਾਰੀ, ਅਸੀਂ ਬਾਹਰ ਅੰਦਰ ਜਾਂਦੇ ਹਾਂ ਮੇਲੇ ਮੁਲੇ 'ਚ, ਅਤੇ ਬਖਸ਼ ਸਾਈਂ ਬਾਬੇ ਦੇ ਤਸਵੀਰਾਂ ਵਾਲੇ, ਸ਼੍ਰੀ ਗੁਰੂ ਨਾਨਕ ਦੇ ਤਸਵੀਰਾਂ ਵਾਲੇ ਸਿੱਕੇ ਜੀ, ਅਤੇ ਹਰੇਕ ਤਰ੍ਹਾਂ ਦਾ ਸਿੱਕਾ ਪਿਆ, ਕਿਉਂ ਇੰਨੇ ਸਾਨੂੰ ਨਾਂ ਨਹੀਂ ਪੜ੍ਹਨੇ ਆਉਂਦੇ, ਕਿਉਂ ਇੰਨੇ ਪੜ੍ਹੇ ਨੇ, 1947 ਦੇ ਵਾਲੇ ਸਿੱਕੇ ਹੀ ਪਏ ਸਾਡੇ ਪਏ, ਆਹ ਚਾਂਦੀ ਦੇ ਪਏ ਆ ਜੀ, ਆਹ ਦੇਖੋ, ਅਤੇ ਇਹਨਾਂ 'ਚ ਤਕਰੀਬਨ ਸਿੱਕਾ ਮੇਰੇ ਕੋਲ ਹਰੇਕ ਤਰ੍ਹਾਂ ਦਾ, ਬੜੇ ਸਿੱਕੇ ਵੇਚੇ ਆ ਜੀ ਅਸੀਂ, ਆਹ ਅਸੀਂ ਬਨਾਰਸ ਗਏ ਸੀਗੇ ਜੀ, ਕਾਸ਼ੀਪੁਰੀ ਜਿੱਥੇ ਰਮਦਾਸ ਭਗਤ ਜੀ, ਕਬੀਰ ਸਾਹਿਬ ਦਾ ਜਨਮ ਹੋਇਆ ਰਮਦਾਸ ਭਗਤ ਜੀ ਦਾ ਜੀ, ਹਾਂਜੀ, ਉੱਥੇ ਅਸੀਂ ਗੰਗਾ ਤੋਂ ਲਏ ਸੀਗੇ, ਇਹ ਉਹਨਾਂ ਨਿਸ਼ਾਨੀਆਂ ਜੀ ਰਮਦਾਸ ਭਗਤ ਜੀ ਦੀਆਂ,
ਠੀਕ ਹੈ ਤੇ ਉੱਥੇ ਬਣਾ ਕਬੀਰ ਸਾਹਿਬ ਉਹ ਪੱਥਰ ਵੀ ਦੇਖ ਕੇ ਆਏ ਹਾਂ ਅਸੀਂ ਉੱਥੇ ਬਨਾਰਸ ਗਏ ਸੀ ਕਾਂਸ਼ੀਪੁਰੀ ਅਤੇ ਰਮਦਾਸ ਪਾਸ ਜਿੱਥੇ ਜੋੜੇ ਜੁੱਤੀਆਂ ਦਾ ਬਾਬਾ ਕੰਮ ਕਰਦਾ ਸੀ ਉਹ ਰਿਕਾਰਡ ਵੀ ਮੇਰੇ ਕੋਲ ਪਏ ਜੀ ਉਹਨਾਂ ਦੇ ਜੀਵਨ ਗਾਥਾ ਜਨਮ ਦਿਹਾੜੇ ਦੇ ਰਿਕਾਰਡ ਵੀ ਪਏ ਆ ਮੇਰੇ ਕੋਲ ਰਿਕਾਰਡ ਬੜੇ ਸੋਹਣੇ ਆ ਜੀ ਉਹ ਜੀਵਨ ਗਾਥਾ ਸਾਰੇ ਪਏ ਆ ਮਨਾਰ ਦਾ ਸਿੱਕਾ ਹੈ ਜੀ ਇਹ ਤਾਂ ਮੈਟਰੋ ਦੀ ਆ ਮੈਟਰੋ ਦਾ ਟਿਕਟ ਮੇਰੇ ਖਿਆਲ ਹੋ ਸਕਦਾ ਜੀ ਇਹ ਬਾਕੀ ਬਖਸ਼ਾਂ 'ਚ ਬੜੇ ਸਿੱਕੇ ਪਏ ਆ ਜੀ ਸਾਰੇ ਆਪਾਂ ਨਹੀਂ ਦਿਖਾਏ ਜਾਂਦੇ ਕਿਉਂਕਿ ਬਖਸ਼ੇ ਚਾਹੀਦੇ ਜੀ ਬਖਸ਼ੇ ਸ਼ੀਸ਼ੇ ਟੁੱਟ ਜਾਂਦੇ ਆ ਜਦੋਂ ਬਾਹਰ ਅੰਦਰ ਜਾਂਦੇ ਹਾਂ ਅਸੀਂ ਸਿੱਕੇ ਬੜੇ ਤਰ੍ਹਾਂ ਦਾ ਸਿੱਕਾ ਪਿਆ ਜੀ ਮੇਰੇ ਕੋਲ ਬੰਦ ਪਏ ਸਿੱਕੇ ਉਹ ਸੂਰਜ ਵਾਲੇ ਸਿੱਕੇ ਤੁਹਾਡੇ ਕੋਲ ਸਿੱਕੇ ਬਹੁਤ ਪਏ ਨੇ ਪਰ ਜਾਣਕਾਰੀ ਨਹੀਂ ਹੈਗੀ ਵੀ ਕਿਹੜੇ ਨੇ ਨਹੀਂ ਜਾਣਕਾਰੀ ਤਾਂ ਐਂ ਵੀ ਅੰਗਰੇਜ਼ੀ ਆਪਾਂ ਪੜ੍ਹੇ ਨਹੀਂ ਅੰਗਰੇਜ਼ੀ ਜਿਹੜੇ ਪੜ੍ਹਿਆ ਲਿਖਿਆ ਹੁੰਦਾ ਜੀ ਦੱਸ ਦਿੰਦੇ ਸਿੱਕੇ ਨੇ ਹਾਂਜੀ ਇਹਨਾਂ ਬਾਰੇ ਕੋਈ ਪਤਾ ਨਹੀਂ ਮਾਤਾ ਦੇ ਤਸ਼ਵੀਰ ਵਾਲੇ ਸਿੱਕੇ ਪਏ ਆ ਜੀ ਇਹ ਨੇ ਜਿਹੜੇ ਉਰਦੂ ਦੇ ਸਿੱਕੇ ਆ ਨਾ ਜਾਂ ਵੀ ਇਹ ਪੜ੍ਹਾਈਆਂ ਕੋਈ ਨਹੀਂ ਪੜ੍ਹ ਸਕਦਾ ਜੀ ਵਿਗਿਆਨੀ ਪੜ੍ਹ ਸਕਦੇ ਆ ਬਿਲਕੁਲ ਜਿਹੜੇ ਸਪੈਸ਼ਲ ਕੰਮ ਆਹ ਦੇਖੋ ਤੁਸੀਂ ਸਿੱਕਾ ਦੇ ਅਰਬੀ ਭਾਸ਼ਾ ਦਾ ਸਿੱਕਾ ਇਹ ਮੈਡਲ ਵੀ ਪਏ ਆ ਸਾਡੇ ਕੋਲੇ ਵੀ ਹਰੇਕ ਤਰ੍ਹਾਂ ਦਾ ਸਿੱਕਾ ਹਰੇਕ ਵਿਦੇਸ਼ ਦਾ ਨੋਟ ਸਾਡੇ ਕੋਲੇ ਤੇ ਹਰੇਕ ਵਿਦੇਸ਼ ਦਾ ਸਿੱਕਾ ਸਾਡੇ ਕੋਲੇ ਪਿਆ ਜੀ ਹਾਂਜੀ ਆਹ ਰੇਡੀਓ ਆ ਜੀ ਇਹ 100 ਸਾਲ ਤੋਂ ਵੀ ਉੱਪਰ ਆ ਜੀ ਇਹ ਰੇਡੀਓ ਇੰਗਲੈਂਡ ਦਾ ਰੇਡੀਓ ਆ ਆਹ ਸਾਡੀ ਗ੍ਰਾਮੋਫੋਨ ਮਸ਼ੀਨ ਆ ਇਹ ਵੀ ਬਹੁਤ ਪੁਰਾਣੀਆਂ ਮਸ਼ੀਨਾਂ ਪਹਿਲਾਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ ਪੁਰਾਣੇ ਮਾਡਲ ਆ ਆਹ ਜਿਵੇਂ ਆਪਣੇ ਕਿਲ੍ਹਿਆਂ ਦੇ ਵਿੱਚ ਸਬਜ਼ੀ ਰੋਟੀ ਦਾਲ ਸਬਜ਼ੀ ਡੋਂਗੇ ਕਹਿੰਦੇ ਆ ਇਹ ਭਾਂਡਿਆਂ ਵਿੱਚ ਕਿਲ੍ਹਿਆਂ ਵਿੱਚ ਹੁੰਦੇ ਸੀਗੇ ਠੀਕ ਉਹ ਰੇਡੀਓ ਜਿੰਨੇ ਵੀ ਮਾਡਲ ਆ ਕੋਈ 80 ਸਾਲ ਕੋਈ 90 ਸਾਲ ਕੋਈ ਉਦੋਂ ਘੱਟ 40 ਸਾਲ 50 ਸਾਲ ਹਰੇਕ ਤਰ੍ਹਾਂ ਦੇ ਰੇਡੀਓ ਪਏ ਆ ਦੇਖੋ ਸਾਹਮਣੇ ਇਹ ਰੇਡੀਓ ਬੜਾ ਪੁਰਾਣਾ ਜੀ ਨਵਾਂ ਪਿਆ ਬਿਲਕੁਲ ਅਤੇ ਮਾੜੀਆਂ ਮੋਟੀਆਂ ਕੋਈ ਟੂਬਾ ਟਾਬਾ 'ਚ ਫਰਕ ਹੁੰਦਾ ਅੱਜ ਕੱਲ੍ਹ ਇਹ ਥੋੜ੍ਹੇ ਥੋੜ੍ਹੇ ਰੇਡੀਓ ਕੋਈ ਮਕੈਨਿਕ ਰਹੇ ਨਹੀਂ ਇਹਨਾਂ ਦੇ ਅਤੇ ਮਕੈਨਿਕ ਬਹੁਤ ਘੱਟ ਹੈ ਜੀ ਮਕੈਨਿਕ ਤੋਂ ਠੀਕ ਕਰਾਉਣ ਤਾਂ ਪੈਸੇ ਬੜੇ ਮੰਗਦੇ ਆ ਜੀ ਉਹ ਖਰਾਬ ਫੇਰ ਹੋ ਜਾਂਦੇ ਆ ਜੀ ਨਹੀਂ ਨਹੀਂ ਬਿਲਕੁਲ ਅਤੇ ਹੁਣ ਜਿਹੜੇ ਰੇਡੀਓ ਆਉਂਦੇ ਆ ਉਹ ਬਹੁਤ ਸਾਫ਼ ਅਤੇ ਇਹ ਰੇਡੀਓ ਅੱਗੇ ਅਸੀਂ ਸੁਣਦੇ ਨਾ ਜਦੋਂ ਇਹ ਰੇਡੀਓ 'ਤੇ ਮੈਂ ਸਾਨੂੰ ਰੇਡੀਓ ਦੇ ਸਟੇਸ਼ਨਾਂ ਦੇ ਨਾਂ ਵੀ ਬੜੇ ਦੱਸ ਦਿੰਦੇ ਹਾਂ ਜਿਵੇਂ ਰੇਡੀਓ ਸਟੇਸ਼ਨਾਂ 'ਤੇ ਜਿਹੜੇ ਇਹਨੇ ਲਾਂਸਰ ਹੁੰਦੇ ਆ ਮਤਲਬ ਇੰਨੀਆਂ ਉਹਨਾਂ ਦੀਆਂ ਆਵਾਜ਼ਾਂ ਮਿੱਠੀਆਂ ਅਤੇ ਕੋਇਲਾਂ ਵਰਗੀਆਂ ਆਵਾਜ਼ਾਂ ਹੁੰਦੀਆਂ ਸੀ ਠੰਡੂ ਰਾਮ ਭਾਈਆ ਜੀ ਰੌਣਕੀ ਰਾਮ ਜਸਪਾਲ ਭੱਟੀ ਹਰਬੰਸ ਸਿੰਘ ਖਰਾਣਾ ਉਦੋਂ ਪ੍ਰੋਗਰਾਮ ਆਉਂਦੇ ਹਰਬੰਸ ਜਿਵੇਂ ਅੱਜ ਤੋਂ 40-50-45 ਸਾਲ ਪਹਿਲਾਂ ਮਿਸਟਰ ਜੇ ਡੀ ਕੇ ਮਹਿਮਾਨ ਬਿਲਕੁਲ ਪ੍ਰੋਗਰਾਮ ਰਾਵੀ ਰੰਗ ਪੰਜਾਬੀ ਦਰਬਾਰ ਅਤੇ ਇਹ ਰੇਡੀਓ ਜਦੋਂ ਲੋਕ ਬੜੇ ਸੁਣਦੇ ਬੜੇ ਐਂਟੀਨੇ ਲਾ ਲਾ ਕੇ ਰੇਡੀਓ ਸੁਣਦੇ ਸੀ ਰੇਡੀਓ 'ਤੇ ਸਟੇਸ਼ਨ ਜਿਹੜੇ ਚੱਲਦੇ ਹੁੰਦੇ ਸੀ ਉਸ ਸਮੇਂ ਬੀਬੀ ਸਲੰਦਨ ਮਾਸਕੋ ਵਿਦ ਭਾਰਤੀ ਸੂਰਤਗੜ੍ਹ ਰੇਡੀਓ ਨਖਲਾਊ ਆਲ ਇੰਡੀਆ ਜਲੰਧਰ ਰੇਡੀਓ ਪਾਕਿਸਤਾਨ ਪਾਕਿਸਤਾਨ 'ਤੇ ਪ੍ਰੋਗਰਾਮ ਜਿਹੜੇ ਆਉਂਦੇ ਹੁੰਦੇ ਸੀ ਨਾ ਉਹ ਲੋਕ ਬੜੇ ਸ਼ੌਕੀਨ ਹੁੰਦੇ ਸੀ 2:30 ਵਜੇ ਲੋਕ ਜਿਹੜੇ ਪ੍ਰੋਗਰਾਮ ਆਉਂਦੇ ਹੁੰਦੇ ਸੀਗੇ ਉਦੋਂ ਠੰਡੂ ਰਾਮ ਭਾਈਆ ਜੀ ਰੌਣਕੀ ਰਾਮ ਆਉਂਦੇ ਇਹਨਾਂ ਦੇ ਮਤਲਬ ਉਦੋਂ ਗਾਣੇ ਵੀ ਲਾਉਂਦੇ ਬੜੇ ਪੰਜਾਬੀ ਪਿਓਰ ਗਾਣੇ ਲਾਉਂਦੇ ਇਹਨਾਂ ਦੀ ਆਵਾਜ਼ਾਂ ਠੰਡੂ ਰਾਮ ਭਾਈਆ ਜੀ ਰੌਣਕੀ ਰਾਮ ਖੇਤੀਬਾੜੀ ਦੇ ਪ੍ਰੋਗਰਾਮ ਹੁੰਦੇ ਸੀ ਅਤੇ ਬਹੁਤ ਵਧੀਆ ਬਿਲਕੁਲ ਅਤੇ ਹਰਬੰਸ ਸਿੰਘ ਖਰਾਣਾ ਜਸਪਾਲ ਭੱਟੀ ਉਹਨਾਂ ਨਾਲ ਬੁੜੀ ਵੀ ਹੁੰਦੀ ਸੀਗੀ ਉਹ ਨਾਟਕਾਂ 'ਚ ਬੜੀ ਆਉਂਦੀ ਹੁੰਦੀ ਸੀ ਉਹ ਤਕਰੀਬਨ ਨਾਟਕਾਂ 'ਚ ਉਹਦੀ ਲੜਾਈ ਇਹੋ ਜਿਹੀ ਸੀ ਮਿੱਠੀ ਜਿਹੀ ਲੜਾਈ ਸੀਗੀ ਅਤੇ ਉਹ ਨਾਟਕਾਂ 'ਚ ਵੀ ਬੜੀ ਆਈ ਹੈ ਜੀ ਬਿਲਕੁਲ ਅਤੇ ਕਾਕੇ ਦੇ ਬਾਬੂ ਜੀ ਕਹਿੰਦੀ ਹੁੰਦੀ ਸੀ ਅਤੇ ਬਾਈ ਉਹ ਦੱਸੋ ਬਾਈ ਜਗਦੇਵ ਜਿਹੜਾ ਉਹ ਪਿਆ ਵੱਡਾ ਸਾਰਾ ਕੀ ਆ ਸਮਾਨ ਉਹ ਜੀ ਪੁਰਾਣੀ ਗ੍ਰਾਮੋਫੋਨ ਆ ਵਿੱਚ ਹੀ ਰੇਡੀਓ ਰਾਹੀਂ ਚੱਲਦੀ ਹੈ ਜੀ ਉਹ ਅੱਛਾ ਆਹ ਥੱਪਣੇ ਪਏ ਆ ਉਹ ਕੱਦੂ ਦੇ ਤੂੰਬੇ ਪਏ ਆ ਜੀ ਆਹ ਬੀਨਾਂ ਵੀ ਪਈਆਂ ਮੇਰੇ ਕੋਲੇ ਜੀ ਪੁਰਾਣੀਆਂ ਡੱਬਕੀਆਂ ਡੁੱਬੀਆਂ ਜੀ ਸਾਰਾ ਕੁਛ ਪਈਆਂ ਜੀ ਆ ਦੇਖੋ ਵੀ ਹਰੇਕ ਤਰ੍ਹਾਂ ਦਾ ਸਮਾਨ ਇੱਥੇ ਪਿਆ ਜੀ ਬੁੜੀਆਂ ਕੁੜੀਆਂ ਨੇ ਪੁਰਾਣੀਆਂ ਚੀਜ਼ਾਂ ਕਿਉਂਕਿ ਟਰਾਂਕਾਂ 'ਚ ਸਾਂਭਿਆ ਪਿਆ ਜੀ ਕਿਉਂਕਿ ਕੱਢਦੇ ਆ ਨਾ ਜੀ ਟਾਈਮ ਇੰਨਾ ਹੈ ਨਹੀਂ ਅਤੇ ਵੀਡੀਓ ਵੀ ਲੰਮੀ ਬਣ ਜਾਂਦੀ ਹੈ ਉਹ ਚੀਜ਼ਾਂ ਕਿਤੇ ਫੇਰ ਵੀ ਤੁਹਾਨੂੰ ਦਿਖਾਵਾਂਗੇ ਜੇ ਤੁਸੀਂ ਇਹ ਵੀਡੀਓ ਪਸੰਦ ਕਰੋਗੇ ਤਾਂ ਤੁਹਾਨੂੰ ਹਰੇਕ ਤਰ੍ਹਾਂ ਦਾ ਸਮਾਨ ਦਿਖਾਵਾਂਗੇ ਜੀ ਆਹ ਸਾਡੇ ਕੋਲ ਲਾਟਣਾ ਕੱਦੂ ਦਾ ਤੂੰ ਮਤਲਬ 300 ਸਾਲ ਪੁਰਾਣਾ ਚੰਮ ਦਾ ਕੁੱਪਾ ਜੀ ਗੱਡੇ ਗੁੱਡੇ ਵੀ ਪਏ ਆ ਸਾਡੇ ਕੋਲੇ ਉੱਧਰ ਜੀ ਅਤੇ ਉਹ ਉੱਤੇ ਸਮਾਨ ਵਾਲਾ ਰੱਖਿਆ ਪਿਆ ਦੇਖੋ ਇਕੱਠੇ ਚਰਖੇ ਬੜੇ ਪਏ ਜੀ ਸਾਡੇ ਕੋਲੇ ਚਰਖੇ ਚੰਦਨ ਦੀ ਲੱਕੜ ਦੇ ਪਏ ਜੀ ਬਿਲਕੁਲ ਹਾਂਜੀ ਹਾਂਜੀ ਚਰਖਾ ਜਿਲ੍ਹਾ ਇਹਦੇ ਸ਼ੀਸ਼ਿਆਂ ਵਾਲਾ ਕੱਚ ਦੇ ਚੂੜਾ ਛਣ ਕੇ ਉਹ ਚਰਖਾ ਸਾਡੇ ਕੋਲ ਉੱਧਰ ਪਿਆ ਜੀ ਬੜੇ ਸ਼ੀਸ਼ੇ ਉਵੇਂ ਜਿਕਰ ਉਸ ਸਮੇਂ ਦੀਆਂ ਫੋਟੋਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਜੀ ਉਹ ਲੋਹੇ ਦੇ ਚਰਖੇ ਵੀ ਪਏ ਆ ਕਿਉਂਕਿ ਸਮਾਨ ਬਾਹਲਾ ਅਤੇ ਜਗ੍ਹਾ ਦੀ ਕਮੀ ਹੈ ਜੀ ਇਹ ਜਗ੍ਹਾ ਦੀ ਕਮੀ ਹਾਂ ਕਲੀਆਂ ਵਾਲੇ ਕਮੀਜ਼ ਘੱਗਰੇ ਬੜੇ ਬਣਾਉਣਾ ਜੀ ਉਹਦੇ ਨਾਲ ਨਾਲ ਅਸੀਂ ਗੁਰੂ ਘਰ ਗੁਰਦੁਆਰਾ ਲਵੇਰੀ ਸਾਹਿਬ ਭੁੱਚੋ ਮੰਡੀ ਅਸੀਂ ਜਾਂਦੇ ਹਾਂ ਜੀ ਉੱਥੇ ਅਸੀਂ ਦੇਸੀ ਕਿੱਕਰਾਂ ਦੇ ਤੁੱਕਿਆਂ ਦਾ ਚਾਰ ਬਹੁਤ ਵਧੀਆ ਬਣਾਉਣਾ ਵੀ ਚਾਰ ਜਿਸ ਦੇ ਲੀਵਰ 'ਚ ਨੁਕਸ ਹੁੰਦਾ ਜੀ ਉਹ ਬਹੁਤ ਵਧੀਆ ਹਾਜ਼ਮੇ ਵਾਸਤੇ ਵਧੀਆ ਹੁੰਦੇ ਆ ਜੀ ਇੱਕ ਚੂਰਨ ਅਸੀਂ ਬਣਾਉਂਦੇ ਹਾਂ ਜੀ ਜਿਵੇਂ ਢਿੱਡ ਦੁਖਦਾ ਹੋਵੇ ਕਬਜ਼ੀ ਹੋਵੇ ਗੈਸ ਬਣਦੀ ਹੋਵੇ ਖਾਧਾ ਪੀਤਾ ਆਪਣੇ ਹਾਜ਼ਮ ਨਹੀਂ ਹੁੰਦਾ ਅਫਰੇਮਾ ਹੋਵੇ ਬੈਵਾਦੀ ਹੋਵੇ ਬੇਹਾਜ਼ਮਾ ਹੋਵੇ ਜਾਂ ਭੁੱਖ ਨਾ ਲੱਗਦੀ ਹੋਵੇ ਤੇਜ਼ਾਬ ਤਿਊਬ ਬਣਦਾ ਹੋਵੇ ਮਤਲਬ ਸਾਡੇ ਚੂਰ ਨਾਲ ਬਹੁਤ ਵਧੀਆ ਪੇਟ ਵਾਸਤੇ ਚੰਗੀਆਂ ਚੀਜ਼ਾਂ ਹੁੰਦੀਆਂ ਜੀ ਅਸੀਂ ਬਾਬਾ ਸੀਰ ਹੋਵੇ ਦਵਾਈ ਅਸੀਂ ਤਕਰੀਬਨ ਫ੍ਰੀ ਦਿੰਦੇ ਹਾਂ ਜੀ ਦੇਸੀ ਕਿੱਕਰਾਂ ਤੁੱਕਿਆਂ ਦਾ ਚਾਰ ਕੋਈ ਫਲੀਆਂ ਕਹਿੰਦਾ ਕੋਈ ਤੁੱਕੇ ਕਹਿੰਦਾ ਜੀ ਅਤੇ ਤੁੱਕਿਆਂ ਬਾਰੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਹਿੰਦੇ ਹੁੰਦੇ ਜੀ ਗਾਣਾ ਗਾਇਆ ਮਾਮਾ ਸਦੀਕ ਨੇ ਜੀ ਦਾਦਾ ਤੁੱਕੇ ਲਿਆਵਾਂ 5 ਮਿੰਟਾਂ ਬਾਅਦ ਰੋਟੀ ਦਾ ਸੋਰੀ ਪੁੱਛੇ ਨਾ ਕਿ ਦਾਦਾ ਤੁੱਕੇ ਲਿਆਵਾਂ ਸੋਰੀ ਬਾਬਾ ਬੋਗਤਾ ਨਹੀਂ ਮਤਲਬ ਉਹ ਚੀਜ਼ ਬਾਰੇ ਤੁਹਾਡਾ ਬਾਈ ਸੰਗੀਤ ਅਤੇ ਖੇਤਰ ਨਾਲ ਬਹਿਣਾ ਉੱਠਣਾ ਰਿਹਾ ਹੈ ਨਾ ਹਾਂਜੀ ਅਤੇ ਤੁਹਾਨੂੰ ਕਲਾ ਕਲਾ
ਕਲਾਕਾਰ ਤਾਂ ਮਾਣਕ ਨਾਲ ਵੀ ਗੱਲਾਂ ਬਾਤਾਂ ਕਰਨੀ, ਸੁਰਿੰਦਰ ਸਿੰਘ ਦੇ ਨਾਲ ਜਿਉਣੇ ਮੋੜ ਦੇ ਰਿਕਾਰਡ, ਉਹ ਫੋਟੋਆਂ ਤੁਸੀਂ ਦੇਖੀਆਂ ਜੀ, ਤੁਹਾਨੂੰ ਦਿਖਾਵਾਂਗੇ ਵੀ ਜੀ ਫੋਟੋਆਂ ਉਹ ਜੀ ਬਾਈ, ਅਤੇ ਮਾਮਾ ਸ਼ਰੀਕ ਨਾਲ ਵੀ ਕਈ ਵਾਰੀ ਇਕੱਠੇ ਹੋਏ ਹਾਂ, ਹਰਜੀਤ ਕੌਰ ਨਾਲ ਵੀ ਅਸੀਂ ਇਕੱਠੇ ਬਹੁਤ ਵਾਰੀ ਹੋਏ ਹਾਂ ਜੀ, ਈਸਾ ਨਗਰ ਲੁਧਿਆਣੇ ਪ੍ਰੋਗਰਾਮ 'ਚ ਅਸੀਂ ਸਿਵਲ ਹਸਪਤਾਲ ਕੋਲ, ਉੱਥੇ ਸਕੂਲ ਆ ਜੀ ਬੱਚਿਆਂ ਦਾ, ਉੱਥੇ ਬੜੇ ਇਕੱਠੇ ਹੋਏ ਹਾਂ ਜੀ, ਅਤੇ ਉੱਥੇ ਸਾਡਾ ਉਸ ਸਕੂਲ ਦੇ ਵਿੱਚ ਸਮਾਨ ਵੀ ਲੱਗਿਆ ਸੀ ਪੁਰਾਣਾ, ਈਸਾ ਨਗਰ 'ਚ ਲੁਧਿਆਣੇ ਜੀ। ਹਾਂਜੀ, ਕਲਾਕਾਰਾਂ ਦਾ ਤਾਂ ਗੁਰਮੀਤ ਬਾਬਾ ਜੀ ਅਤੇ ਮਾਣਕ ਦੇ ਪਰਿਵਾਰ ਦੇ ਨਾਲ, ਜਾਂ ਹੋਰ ਕਰਨੈਲ ਸਿੰਘ ਪਾਰਸ ਇਹਦੇ ਨਾਲ ਵੀ ਗੱਲਾਂ ਹੋਈਆਂ ਜੀ ਸਾਡੀਆਂ ਜੀ, ਅਤੇ ਵੀ ਕਲਾਕਾਰ ਤਾਂ ਕਿੰਨੇ ਕੁ ਦੱਸੀਏ ਜੀ ਅਸੀਂ, ਹਰੇਕ ਨਾਲ ਹੀ ਤਕਰੀਬਨ ਜੀ, ਸੁਰਿੰਦਰ ਸਿੰਘ ਦੇ ਨਾਲ ਵੀ ਜੀ। ਹਾਂਜੀ, ਸੋ ਭਰਾਵੋ ਇਹ ਸੀ ਗੱਲਾਂ ਬਾਤਾਂ ਬਾਈ ਜਗਦੇਵ ਹੋਣਾ ਨਾਲ, ਬਹੁਤ ਸਾਰਾ ਸਮਾਨ, ਬਹੁਤ ਸਾਰਾ ਸੱਭਿਆਚਾਰ ਵਿਰਸਾ ਸਾਂਭੀ ਬੈਠੇ ਬਾਈ ਹੋਣੀ। ਅਤੇ ਇੱਕ ਜਦੋਂ ਆਪਣੇ ਹੁਣ ਵਿਆਹਾਂ ਦਾ ਸੀਜ਼ਨ ਚੱਲ ਪੈਂਦਾ ਸਿਆਲ ਦੇ ਵਿੱਚ, ਜਿੱਥੇ ਵਿਆਹਾਂ 'ਤੇ 1,000 ਰੁਪਏ ਖਰਚ ਦਿੰਦੇ ਆਪਾਂ, ਤਾਂ ਮੈਂ ਕਹਿਣਾ ਵੀ ਉੱਥੇ ਕੋਈ 4,000-5,000 ਰੁਪਇਆ ਬਾਈ ਹੋਣੀ ਲੈਂਦੇ ਹੋਣੇ ਆ ਵਿਆਹ ਦੇ ਵਿੱਚ, ਉਹ ਰੰਗ ਬੰਨਣਗੇ ਜਿਹੜਾ ਤੁਸੀਂ ਯਾਦ ਰੱਖੋਗੇ। ਜਿਹੜਾ ਵਿਆਹਾਂ ਦੇ ਵਿੱਚ 1-2 ਲੱਖ ਰੁਪਇਆ ਲੱਗ ਗਏ, ਮਾੜਾ ਮੋਟਾ ਕਲਾਕਾਰ ਸੱਦਦੇ ਆ ਜਾਂ ਕੋਈ ਆਰਕੈਸਟਰਾ, ਜਿੱਥੇ ਹੋਰ ਲੱਖਾਂ ਖਰਚ ਦਿੰਦੇ ਆ, ਉੱਥੇ 5-6,000 ਵੱਧ ਖਰਚਣ ਨਾਲ ਕੋਈ ਆਪਾਂ ਨੂੰ ਫਰਕ ਨਹੀਂ ਪੈਣ ਲੱਗਿਆ, ਅਤੇ ਬਾਈ ਹੁਣਾਂ ਨੂੰ ਇਹਦੇ ਨਾਲ ਮਦਦ ਹੁੰਦੀ ਰਹਿੰਦੀ ਆ। ਸੋ ਆਸ ਕਰਦੇ ਹਾਂ ਸਾਡੀ ਵੀਡੀਓ ਸਾਰਿਆਂ ਨੂੰ ਚੰਗੀ ਲੱਗੀ ਹੋਣੀ ਆ, ਬਾਈ ਹੁਣਾਂ ਦਾ ਨੰਬਰ ਵੀ ਨਾਲ ਪਾਵਾਂਗੇ। ਵੀਡੀਓ ਚੰਗੀ ਲੱਗੀ ਤਾਂ ਹੋਰਾਂ ਨਾਲ ਸਾਂਝੀ ਜ਼ਰੂਰ ਕਰਿਓ। ਧੰਨਵਾਦ।